ਬાગਬਾਨੀ ਮੰਤਰੀ ਚੇਤਨ ਸਿੰਘ ਜੋੜਾਮਾਸ਼ਾ ਨੇ ਨਵੀਂ ਦਿੱਲੀ ਵਿਖੇ ਰਾਇਲ ਡੈਨਿਸ਼ ਐਂਬੈਸੀ ਦੇ ਰਾਜਦੂਤ ਫ੍ਰੈਡਿ ਸਵੈਨ ਨਾਲ ਮੀਟਿੰਗ ਕੀਤੀ ਪੰਜਾਬ ਅਤੇ ਡਨਮਾਰਕ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਪਾਰੀ ਸੰਭਾਵੀ ਸਹਿਯੋਗ ਬਾਰੇ ਗੱਲਬਾਤ ਤੇ ਕੇਂਦ੍ਰਿਤ ਇਸ ਉੱਚ ਪਦਰੀ ਮੀਟਿੰਗ ਦੌਰਾਨ ਜੋੜਾਮਾਸ਼ਾ ਅਤੇ ਡਨਮਾਰਕ ਦੇ ਰਾਜਦੂਤ ਸਵੈਨ ਨੇ ਆਪਸੀ ਹਿੱਤਾਂ ਦੇ ਵੱਖ-ਵੱਖ ਖੇਤਰਾਂ ਬਾਰੇ ਖੁੱਲੀ ਵਿਚਾਰ ਚਰਚਾ ਕੀਤੀ ਮੀਟਿੰਗ ਦੌਰਾਨ ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪੋ-ਆਪਣੇ ਖੇਤਰਾਂ ਦੀਆਂ ਸਮਰਥਾਵਾਂ ਦਾ ਉਪ ਉਠਾਉਂ ਤੇ ਜ਼ੋਰ ਦਿੱਤਾ ਇਸ ਦੌਰਾਨ ਟਿਕਾਊ ਖੇਤੀ ਅਤੇ ਬਾਗਬਾਨੀ ਖੇਤਰ ਚ ਨਵੀਨ ਤਕਨੀਕਾਂ ਫੂਡ ਪ੍ਰੋਸੈਸਿੰਗ ਬਾਇਓ ਗੈਸ ਖੇਤਰ ਦੇ ਵਿਕਾਸ ਸਰਤੀ ਹੇਠਲੇ ਪਾਣੀ ਦੇ ਪ੍ਰਬੰਧਨ ਕੁਸ਼ਲ ਸਿੰਚਾਈ ਤਕਨੀਕਾਂ ਜਲ ਸੰਭਾਲ ਉਦਮਾਂ ਤੇ ਡੇਰੀ ਖੇਤਰ ਚ ਸਹਿਯੋਗ ਤੇ ਚਰਚਾ ਹੋਈ